ਲਾਸਟ ਟਾਈਮ ਜਿਹੜੀ 3 ਤੋਂ 4.5 ਮਹੀਨੇ ਦੀ ਹੁੰਦੀ ਹੈ ਨਾ, ਹਾਂ ਹਾਂ, ਉਹ ਲੈਣੀ ਚਾਹੀਦੀ। ਜੇ ਠਾੜ ਜੋ ਤਿਆਰ ਹੁੰਦੀ ਉਹ ਸਾਲਾ ਦਿਨ ਕਿ ਅੱਖਾਂ 'ਚ ਵੀ ਦੁੱਧ ਸੁੱਕ ਜਾਂਦਾ। ਬਿਲਕੁਲ, ਜਿਹੜੀ ਝੋਟੀ ਹੁਣ ਸੱਜਣ ਦਾ ਮੁੱਲ ਇਹਨਾਂ 2 ਲੱਖ ਰੁਪਈਆ ਜੀ, ਉਸ ਟਾਈਮ ਹੁੰਦਾ 2,70,000-80,000 ਰੁਪਈਆ ਰੇਟ, 2.5-3 ਮਹੀਨੇ ਤੋਂ ਲੈ ਕੇ 6 ਮਹੀਨੇ ਦੀ ਕਰ 450 ਰੇਟ ਹੁੰਦਾ। ਜਿਹੜੀ ਝੋਟੀ ਹੈਗੀ 6 ਮਹੀਨੇ ਦੇ ਉੱਤੇ, ਅਗਰ ਕੋਈ ਝੋਟੀਆਂ 10 ਲਵੇਗਾ ਰੇਟ ਵੈਸੇ 500, 10 ਝੋਟੀਆਂ ਲਵੇਗਾ ਨਾ ਤਿਆਰ ਜਾਂ 7 ਮਹੀਨੇ ਵਾਲੀ 8 ਮਹੀਨੇ ਵਾਲੀ, ਉਹਨੂੰ 490 ਰੁਪਏ ਰੇਟ ਲਾ ਦਿਓ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਹੂੰ ਆਪਕਾ ਮੇਜ਼ਬਾਨ ਮੁਸੱਈਬ ਖਾਂ ਬਲੋਚ, ਔਰ ਆਪ ਦੇਖ ਰਹੇ ਹਮਾਰਾ ਚੈਨਲ ਦੇਸੀ ਬਿਜ਼ਨਸ ਟੀ ਵੀ, ਔਰ ਫੇਸਬੁੱਕ ਪੇਜ ਬਿਜ਼ਨਸ ਟਾਕਸ ਵਿਦ ਐਮ ਕੇ। ਤੋ ਦੋਸਤੋ, ਅੱਜ ਹਮ ਪਹੁੰਚੇ ਹੈ ਭਾਈ ਮੁਹੰਮਦ ਜਵੇਦ ਕੇ ਪਾਸ, ਦੁੱਲਾ ਕੈਟਲ ਫਾਰਮ ਪੇ। ਤੋ ਮਾਸ਼ਾਅੱਲਾ ਯੇ ਦੇਖੇ ਗੱਬਨ ਝੋਟੀਆਂ ਨਜ਼ਰ ਆਪਕੋ ਨਜ਼ਰ ਆ ਰਹੀ, ਜਹਾਂ ਤੱਕ ਨਜ਼ਰ ਦੌੜਾਏਂਗੇ ਕਿ ਗੱਬਨ ਝੋਟੀਆਂ 2 ਮਾਹ ਸੇ ਲੇ ਕਰ ਬਿਲਕੁਲ ਤਿਆਰ ਗੱਬਨ ਝੋਟੀ ਤੱਕ ਇਨਕੇ ਪਾਸ ਮੌਜੂਦ ਹੈ। ਪਹਿਲਾਂ ਲੈਣੀ ਹੋ, ਦੂਜੀ ਲੈਣੀ ਹੋ, ਜੋ ਵੀ ਝੋਟੀਆਂ ਮੈਂ ਲੈਣੀ ਹੋ, ਇਨਸੇ ਪਰਚੇਸ ਕਰ ਸਕਤੇ ਹੈ। 450 ਸੇ ਲੇ ਕਰ 500 ਤੱਕ ਰੇਟ ਇਨਕੇ। ਇਸਕੇ ਇਲਾਵਾ ਕੱਟੇ ਲੈਣਾ ਚਾਹਤਾ ਹੋ, ਬਛੜੇ ਲੈਣਾ ਚਾਹਤੇ ਹੋ, ਔਰ ਕੱਟੀਆਂ ਲੈਣਾ ਚਾਹਤੇ ਹੋ ਝੋਟੀਆਂ, ਜਾਂ ਫੰਡਰ ਝੋਟੀਆਂ ਲੈਣਾ ਚਾਹਤਾ ਹੋ, ਵੋ ਵੀ ਇਨਸੇ ਰਾਬਤਾ ਕਰ ਸਕਤੇ ਹੈ। ਤੋ ਚਲਤੇ ਹੈ ਬਾਈ ਕੇ ਪਾਸ, ਉਨਸੇ ਮਾਲੂਮਾਤ ਲੇਤੇ ਹੈ ਕਿ ਆਇਆ ਕਿ ਆਜ ਕਿਤਨੇ ਰੁਪਏ ਇਹਨੇ ਲੈਸ ਕੀ ਹੈ ਰੇਟ ਮੇ, ਔਰ ਕਹਾਂ ਤੱਕ ਕਿ ਹੋਮ ਡਿਲੀਵਰੀ, ਔਰ ਕੌਣ ਕੌਣ ਸੀ ਡਿਸਕਾਊਂਟ, ਔਰ ਕੌਣ ਕੌਣ ਸੀ ਆਫਰ। ਤੋ ਚਲਤੇ ਹੈ ਉਨਕੇ ਪਾਸ, ਉਨਸੇ ਮਾਲੂਮਾਤ ਲੇਤੇ ਹੈ। ਉਸਸੇ ਪਹਿਲੇ ਜੋ ਬਾਈ ਚੈਨਲ ਬਣਾਇਆ, ਚੈਨਲ ਕੋ ਸਬਸਕ੍ਰਾਈਬ ਕਰ ਲੈਂ, ਔਰ ਸਾਥ ਘੰਟੀ ਕੇ ਨਿਸ਼ਾਨ ਕੋ ਦਬਾ ਦੇ ਤਾਂ ਕਿ ਜਬ ਵੀ ਹਮਾਰੀ ਨਈ ਸੇ ਨਈ ਵੀਡੀਓ ਆਏ ਉਸਕਾ ਨੋਟੀਫਿਕੇਸ਼ਨ ਆਪ ਤੱਕ ਹੋ। ਚਲਤੇ ਹੈ ਬਾਈ ਕੇ ਪਾਸ, ਉਨਸੇ ਮਾਲੂਮਾਤ ਲੇਤੇ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਵੀਰ, ਕੀ ਨਾਮ ਹੈ ਆਪਣਾ? ਮੇਰਾ ਨਾਮ ਕੁਰਮ ਸ਼ਹਿਦਾਦ ਹੈ। ਆਪਣਾ ਐਡਰੈਸ ਦੱਸੋ। ਹਾਂ, ਜਨਾਬ ਨਲਕਾਨਾ ਸਾਹਿਬ, ਸਾਡਾ ਜ਼ਿਲ੍ਹਾ ਨਾਲ ਹੀ ਬਿਲਕੁਲ ਜਸਲਾਣੀ ਮੋੜ ਹੈ। ਅੱਛਾ, ਕੋਈ ਵੀਰ ਲਾਹੌਰ ਨੂੰ ਜਾਂ ਸ਼ੇਖਪੁਰ ਨੂੰ ਜਾਂ ਇਸਲਾਮਾਬਾਦ ਨੂੰ ਆਉਣਾ ਚਾਹੁੰਦਾ ਹੋਵੇ, ਹਾਂਜੀ, ਉਹ ਵਟਵਾ ਆਵੇ ਫੈਸਲਾਬਾਦ ਰੋਡ ਤੇ, ਫਿਰੋਜ਼ ਵਟ ਦੇ ਕਿਸਰ ਪੁੱਛ ਲਵੇ ਜਸਲਾਣੀ ਮੋੜ ਤੇ ਜਾਣਾ। ਅਗਰ ਨਲਕਾਣੇ ਉਤਰੇਗਾ ਮੋਟਰਵੇ ਤੇ ਨਲਕਾਣੇ ਪੁੱਛ ਲਵੇ ਜਸਲਾਣੀ ਮੋੜ ਤੇ ਜਾਣਾ। ਠੀਕ ਠੀਕ ਹੋ ਗਿਆ ਮਾਸ਼ਾਅੱਲਾ। ਅੱਜ ਆਪਣੇ ਕੋਲ ਕਿੰਨੇ ਜਾਨਵਰ ਨੇ ਟੋਟਲ? 50 ਝੋਟੀ ਮੌਜੂਦ। ਇਹ ਮਾਲ ਕਦੋਂ ਆਇਆ? ਇਹ ਮਾਲ ਅੱਜ ਹੀ ਆਇਆ, ਰਾਤ ਅੱਜ ਆਇਆ। ਕਾਫੀ ਦਿਨ ਹੋ ਗਏ ਮਾਲ ਵੇਖ ਗਿਆ ਸੀ, ਲੇਕਿਨ ਲੱਭਾ ਮਾਲ ਘਾਟ ਹੈ, ਇਸ ਕਰਕੇ ਨਾ ਫਿਰ ਤੈਨੂੰ ਬੁਲਾਇਆ ਦੀ ਵੀਡੀਓ ਦੀ ਬੜੀ ਪਤਾ ਹੀ ਕਿੰਨੇ ਦਿਨ ਹੋ ਗਏ। ਆਹੋ, ਕਾਫੀ ਦਿਨ ਹੋ ਗਏ ਨੇ। ਅੱਛਾ, ਇਸ ਟਾਈਮ ਕਿੰਨੇ ਮਹੀਨਿਆਂ ਤੋਂ ਲੈ ਕੇ ਕਿੰਨੇ ਮਹੀਨੇ ਤੱਕ ਗੱਬਨ? 3 ਮਹੀਨੇ ਤੋਂ ਲੈ ਕੇ 5-7 ਮਹੀਨੇ ਦੀ ਕਰਾਂਗੇ। ਰੇਟ ਇਹਨਾਂ ਦੇ ਕੀ ਨੇ? ਰੇਟ 450 ਰੁਪਈਏ 6 ਮਹੀਨੇ ਦੀ ਕਰੇ, ਜਿਹੜੇ 6 ਮਹੀਨੇ ਦਿੱਤੇ ਹੋਏਗੀ ਉਹ 500 ਰੁਪਏ ਕਿਲੋ ਦੇ। ਸਹੀ ਹੋ ਗਿਆ। ਅੱਛਾ, ਪਹਿਲੇ ਨੰਬਰ ਤੇ ਦੱਸੋ, ਹਾਂ ਆਪਾਂ ਹੌਲੀ ਹੌਲੀ ਬੋਲਣਾ, ਚੋਖਾ ਉੱਚੀ ਵੀ ਨਹੀਂ ਬੋਲਣਾ। ਇਹਦਾ ਵਜ਼ਨ ਕਿੰਨਾ ਕੁ ਹੈ? ਤੇ ਕਿੰਨੇ ਮਹੀਨਿਆਂ ਦੀ ਗੱਬਨ ਝੋਟੀ ਹੈ? 3 ਮਹੀਨੇ ਦੀ। ਮਾਸ਼ਾਅੱਲਾ ਜੀ, ਚੈੱਕ ਕਰੋ, ਸੋਹਣੀ ਝੋਟੀ, ਸੋਹਣੀ ਬੂਰੀ ਝੋਟੀ, ਮਾਸ਼ਾਅੱਲਾ ਚੈੱਕ ਕਰੋ ਜੀ, ਮਾਸ਼ਾਅੱਲਾ ਵੇਖੋ। ਅੱਛਾ, ਤਕਰੀਬਨ ਕਿੰਨੇ ਕੁ ਬਣ ਜਾਏ? 2 ਲੱਖ ਦੇ ਰਾਉਂਡ ਪਾਉਣ? 2 ਲੱਖ ਦੇ ਰਾਉਂਡ ਪਾਉਣ, 10 ਮਾਹ। ਹਾਂਜੀ, 1,80,000 ਦੇ। ਅੱਛਾ, ਅੱਗੇ ਆ ਕਿੰਨੇ ਦੀ? ਇਹ ਦੁੱਲੜ ਕੱਟੀ ਹੈ, ਦੁੱਲੜ। ਮਾਸ਼ਾਅੱਲਾ ਜੀ, ਦੁੱਲ ਦੋ, ਇਹ ਵੇਖੋ ਦੋ ਥਣਾ, ਦੋ ਥਣਾ ਵਾਲੀ ਹੈ। ਇਹ ਕਿੰਨੇ ਦੀ ਮਾਸ਼ਾਅੱਲਾ? ਕੀ ਹਿਸਾਬ ਹੈ ਇਹ? ਉਂਝ ਦੇ ਉਂਝ ਕਿਵੇਂ? ਇਹ ਮੁੱਟੇ ਨਾਲ, ਮੁੱਟੇ ਨਾਲ ਕੀ ਰੇਟ ਫਾਈਨਲ ਦਿਆਂਗੇ? 2 ਲੱਖ ਤੇ ਕੋਈ 70-75 ਦਾ ਦੀ ਫਾਈਨਲ ਤਾਂ, ਪਿਆਰ ਮੁਹੱਬਤ ਕਰਕੇ 2-70 ਫਾਈਨਲ ਹੈ ਕਿ ਨਹੀਂ ਫਾਈਨਲ? ਨਹੀਂ ਯਾਰ। ਅੱਛਾ, ਇਹ ਚੈੱਕ ਕਰੋ ਜੀ, ਮਾਸ਼ਾਅੱਲਾ, ਇਹ 7 ਮਹੀਨੇ ਦੀ ਹੈ ਜੀ। ਆ ਇਹ ਵੇਖੋ ਜੀ, ਮਾਸ਼ਾਅੱਲਾ। ਅੱਛਾ, ਇਹਨਾਂ ਦਾ 2 ਮਹੀਨੇ ਤੋਂ ਲੈ ਕੇ ਕਿੰਨੇ ਮਹੀਨੇ ਤੱਕ 450 ਰੁਪਏ ਰੇਟ ਹੈ? 6 ਮਹੀਨੇ ਦੇ ਉੱਤੇ ਹੋਏਗੀ, 6 ਮਹੀਨੇ ਉੱਤੇ ਹੋਏਗੀ, 500 ਕਿਲੋ ਹੋਏਗੀ। 500 ਕਿਲੋ। ਇਹਦਾ ਵਜ਼ਨ ਕਿੰਨਾ ਕੁ ਹੈ? ਇਹਦਾ ਵਜ਼ਨ ਹੋ ਜਾਣਾ 10-11.5 ਮਨ ਦੇ ਕਿਲੋ, 10-11 ਮਨ। ਠੀਕ ਹੋ, ਮਾਸ਼ਾਅੱਲਾ। ਅੱਗੇ ਚੈੱਕ ਕਰੋ ਜੀ, ਆ ਝੋਟੀ 3, ਇਹ ਵੇਖੋ ਜੀ, ਵਧਰਾ ਮਾਸ਼ਾਅੱਲਾ, 4 ਮਹੀਨੇ ਦੀ ਜੀ। ਚੈੱਕ ਕਰੋ ਜੀ, ਇਹ ਵੇਖੋ ਜੀ, ਥਾਂ ਚੈੱਕ ਕਰਾ ਰਹੇ ਮਾਸ਼ਾਅੱਲਾ, ਐਂਡ ਤੇ ਤੁਹਾਨੂੂੰ ਤਫਸੀਲ ਵੀ ਦਿਆਂਗੇ। ਪਹਿਲੇ ਜਾਨਵਰ ਚੈੱਕ ਕਰਾ ਰਹੇ ਹਾਂ, ਭਾਈਆਂ ਸ਼ੌਂਕ ਪੂਰੇ ਕਰਾਉਣੇ ਆ। ਮਾਸ਼ਾਅੱਲਾ ਜੀ, ਕਿੰਨੇ? 9 ਮਨ ਦੇ। ਮੂੰਹ ਚ ਕੀ ਨੇ? ਮੂੰਹ ਚ ਦੋਨੀ ਚੌਕੀ ਹੋਈ, ਸਾਰੀਆਂ ਝੋਟੀਆਂ। ਠੀਕ ਹੋ ਗਿਆ ਜੀ, ਪਿਓਰ ਨੀਲੀ ਰਾਵੀ? ਆ ਮੈਂ ਨੀਲੀ ਦਾ ਬ੍ਰਾਂਡ ਨਹੀਂ। ਚੈੱਕ ਕਰੋ ਜੀ, ਮਾਸ਼ਾਅੱਲਾ, ਇਹ ਵੇਖੋ ਜੀ, ਵਧਰਾਂ ਵਾਲੀ ਝੋਟੀ। ਚੈੱਕ ਕਰੋ ਜੀ, ਮਾਸ਼ਾਅੱਲਾ, ਇਹ ਵੇਖੋ, 5 ਮਹੀਨੇ ਦੀ ਗੱਬਨ ਝੋਟੀ, ਸਾਢੇ ਚ ਨੀਲੀ ਰਾਵੀ ਦੀ ਆ ਗਈ। ਇਹ ਵੇਖੋ ਜੀ, ਮੱਥਾ ਚੈੱਕ ਕਰ ਲਓ, ਮੂੰਹ ਚੈੱਕ ਕਰਾਉਣੇ ਤੁਹਾਨੂੰ, ਪਿਓਰ ਨੀਲੀ ਦੀ। ਮਾਸ਼ਾਅੱਲਾ ਜੀ, ਇਹ ਵੇਖੋ, ਮਾਸ਼ਾਅੱਲਾ, ਚੈੱਕ ਕਰੋ, ਤੁਹਾਨੂੰ ਚੈੱਕ ਕਰਾਉਣੇ, ਇਹ ਵੇਖੋ ਲੰਬਾਈ, ਤੁਹਾਨੂੰ ਚੈੱਕ ਕਰਾ ਦਿੰਦੇ ਹਾਂ, ਪਿਓਰ ਨੀਲੀ ਦੀ, ਕਾਲੀ ਸ਼ਾਹ, ਕਾਲੀ ਸ਼ਾਹ ਲੰਬਾਈ ਚ ਚੰਗਾ। ਮਾਸ਼ਾਅੱਲਾ, ਕੱਦ ਦੇ ਵੇਖੋ,
वजन तकरीबन मेरा 11-12 11-12 मन तकरीबन दो राउंड बन सो अगे वेखो जी माशाल्लाह हां जी की डिमांड है जी 450 लंबाई चेक करो करो वेखो जी माशाल्लाह प्यो नीली रावी अगे आ गया जी 5 महीने दी गब्बन छोटी चेक करो जी नीली रावी दी अगे आ जाओ सारियां छोटियां हौली हौली करके वहावनियां ने आप चेक करो जी माशाल्लाह 4 महीने दी नीली रावी दी छोटी चेक करो माशाल्लाह 8 महीने दी थान चेक करो जी नहीं गुड प्यार मोहब्बत करो ना ₹250 तक फ्री बिलकुल जी अच्छा इन्हां दी गारंटी की है गारंटी भी दसो ना आया के मसला मसाइल बन जांदा है जी वादा काटा हुंदा है डंगर मर जांदा है या कोई इशू बन जावे ओ तो मालिक दे वास्ते ना साह भरिया गल्ला ने अपनी जिंदगी दा तबार को नहीं बिल्कुल ये फिर साह भरिया गल्ला ने इनां दा केड़ा यकीन है वे किन्ना चिर करे ना असां सो रात वेखणी कि नहीं वेखणी तू घर भी जाणा कि बिल्कुल जी ये तो मालिक नूं पता है जिंदगी मौत बाकी कोई नुको साहब होवे 8 दिन तक वे छोटी मिलदी लंगड़ी लोली चोरी दा माल मेरी होए8 किलो दसा 10 किलो50-60 70-80 ਮਾਮੂਲੀ ਕੰਮ ਹੈ ਨਾ 50 ਛੋਟੀ ਆਪਣਾ ਉੱਚੋਂ ਵੀ ਘੰਟੇ ਟੀਨੇ ਤੇ ਖੜੀ
ਬਿਲਕੁਲ ਜੀ ਮਾਸ਼ਾਅੱਲਾ ਅਗਰ ਪੰਜਾਹ ਤੋਂ ਜ਼ਿਆਦਾ ਚਾਹੀਦੀਆਂ ਹੋਣ ਸਾਡੇ ਕੋਲ ਆਵੇ ਸਾਨੂੰ ਦੱਸੇ ਅਸੀਂ ਬਿਆਨਾਂ ਨਹੀਂ ਲਵਾਂਗੇ ਇਨਸ਼ਾਅੱਲਾ ਪੰਜਾਹ ਤੋਂ ਜ਼ਿਆਦਾ ਜੁੜੇ ਅਗਰ ਇੱਕ ਬੰਦਾ 10 ਛੋਟੀਆਂ ਲੈਂਦਾ ਹੁੰਦਾ ਕਿ 20 ਖੜੀਆਂ ਹੁੰਦੀ 20 ਲੈਂਦਾ 40 ਖੜੀਆਂ ਮੈਂ ਇਹ ਗੱਲ ਕਰਨਾ ਮੇਰੇ ਕੋਲ 50 ਜੁੱਟੀ 60 ਖੜੀ ਹੈ ਅਗਰ ਵੀਰ ਇੱਕ ਜੁੱਟੀ ਵੀ ਲੈਣਾ ਚਾਹੇ ਉਹ ਆਣਗੇ ਕਿ ਜੁੱਟੀ ਬਾਹਰ ਕੱਢ ਸਕਦਾ ਤੁਸੀਂ ਇਹ ਤਾਂ ਨਹੀਂ ਕਹੋਗੇ ਭਾਈ ਨਹੀਂ ਆਹ ਨਹੀਂ ਪਸੰਦ ਕਰਨੀ ਆਹ ਲੈ ਲੈ ਨਹੀਂ ਉਹ ਗੱਲ ਸਾਡੇ ਕੋਲ ਮੈਂ ਤਾਂ ਨਹੀਂ ਫਿਰ ਜਿਹੜੀ ਜੁੱਟੀ ਵਿਕੀ ਹੋਏਗੀ ਉਹ ਦੱਸਾਂਗੇ ਵੀਰ ਵਿਕੀ ਜੁੱਟੀ ਹੋਈ ਉਹਨੂੰ ਸਾਈਡ ਤੇ ਕਰ ਨਿਸ਼ਾਨੀ ਲੱਗੀ ਹੋਵੇ ਨਿਸ਼ਾਨੀ ਲੱਗੀ ਹੋਵੇ ਤੈਨੂੰ ਹੀ ਪਤਾ ਕਿ ਨਿਸ਼ਾਨੀ ਅਸੀਂ ਲਾ ਦੇ ਬਿਲਕੁਲ ਨਿਸ਼ਾਨੀ ਲਾ ਗਈ ਕੋਈ ਜੁੱਤੀ ਦੇ 60 ਮਿਲਣ ਦੇ ਕੱਪੜੇ ਤੇ ਆਪੀ ਚੈੱਕ ਕਰ ਮਾਸ਼ਾਅੱਲਾ ਇਹ ਵੇਖੋ ਜੀ ਥੱਲਾ ਚੈੱਕ ਕਰਾ ਰਗੜ ਲੱਗੀ ਏ ਇਹ ਚੈੱਕ ਕਰੋ ਜੀ ਮਾਸ਼ਾਅੱਲਾ ਕਿੰਨੇ ਮਹੀਨੇ ਦੀ 8 ਮਹੀਨੇ ਦੀ ਗੱਬਨ ਚੋਟੀ ਚੈੱਕ ਕਰੋ ਜੀ ਮਾਸ਼ਾਅੱਲਾ ਲਾਟੂ ਅੱਗ ਮੱਥਾ ਚੈੱਕ ਕਰਾਉਣਾ ਜੀ ਚੋਟੀਆਂ ਦੇ ਬ੍ਰਾਂਡ ਖਲੀਆਂ ਨੇ ਇੱਕ ਤੋਂ ਵੱਧ ਇੱਕ ਆਹ ਸੂਈ ਚੋਟੀ ਆ ਗਈ ਜੀ ਚੈੱਕ ਕਰੋ ਮਾਸ਼ਾਅੱਲਾ ਇਹ ਵੇਖੋ ਜੀ ਮਾਸ਼ਾਅੱਲਾ ਥੱਲੇ ਹਾਂ ਜੀ ਮੇਰੀ ਗੱਲ ਸੁਣ ਲੋਕੀ ਠਪਾਰੇ ਲਾ ਕੇ ਨਾ ਨਾਲ ਜਿਹੜੀ ਟੀਕੇ ਦੀ ਝੋਪ ਲਾ ਦਿੰਦੇ ਨੇ ਛੋਟੀ ਪਾਟਣ ਵਾਲੀ ਹੋ ਜਾਂਦੀ ਥੱਲਿਓ ਜੇ ਤੂੰ ਉਹ ਇੰਜ ਕਰਦੀ ਤੇ ਬੰਦਿਆਂ ਨੇ ਬੜਾ ਚੱਟਾ ਬੜਾ ਥੱਲਾ ਇਹ ਨੀ ਪਤਾ ਕਿ ਕਰਮਾ ਨੇ ਟੀਕਾ ਜਿਹੜੀ ਲਾਇਆ ਨਾਲੇ ਠਪਾਰਾ ਲੱਗਾ ਹੋਇਆ ਟੀਕੇ ਲਾ ਲਾ ਕੇ ਠਪਾਰੇ ਲਾ ਕੇ ਚੱਡਾ ਨੇ ਆਪੇ ਬਾਹਰ ਕੱਢ ਆਉਣਾ ਕਿ ਨਹੀਂ ਕੱਢਣਾ ਬਿਲਕੁਲ ਜੀ ਚੱਡਾ ਕੱਢ ਹੀ ਲੈਣਾ ਆਪੇ ਇਹਨੇ ਪਿੱਛੇ ਕੱਢ ਆਉਣਾ ਇੱਥੇ ਆ ਜਾ ਵਿਖਾਵਾਂ ਆਪ ਮੈਂ ਚੁਆਈ ਕੀਤੀ ਜੁੱਟੀ ਦੀ ਤੇਰੇ ਆਉਣ ਤੋਂ ਪਹਿਲੇ 20 ਮਿੰਟ ਪਹਿਲੇ ਆਪ ਚੋ ਕੇ ਮੁੰਡਿਆਂ ਪੀਤੀ ਚਾਹ ਚਾਹ ਪੀਂਦੇ ਨੇ ਆਪ ਬਿਲਕੁਲ ਨਵਾਈ ਵੀ ਨਹੀਂ ਹੈਗੀ ਉਹ ਮਗਰ ਕੱਟੀ ਕੱਟੀ ਵੇਲੇ ਸ਼ਾਹ ਕਾਲੀ ਹੈ ਬਿਲਕੁਲ ਜੀ ਕਾਲੀ 100 ਰੁਪਏ ਕਿਲੋ ਦੇਵਾਂਗੇ ਅਗਰ ਇਹਦਾ ਮੈਂ 8 ਕਿਲੋ ਦੁੱਧ ਦੱਸਾਂਗਾ 8 ਕਿਲੋ ਕੱਢ ਦੋ ਦੋਵੇਂ ਤੁਹਾਡੇ ਘਰ ਗਏ ਵੀ ਜੁੱਟੀ ਮੇਰੀ ਹੋਵੇ ਜੀ ਕਾਬਲੇ ਵਾਪਸੀ ਹੋਵੇ ਦੀ ਅੱਲਾ ਦੇਖੋ ਨਾ ਜਿਹੜੀ ਮੈਨੂੰ ਇਹ ਦੱਸ ਜਿਹੜੀ ਜੁੱਟੀ ਨੂੰ ਮੈਂ ਠਪਾਰਾ ਲਾਉਣਾ 2 ਟਾਈਮ ਦਾ ਬਿਲਕੁਲ ਉਹਨੂੰ ਟੀਕਾ ਲਾਉਣਾ ਹੈ ਜਿਹੜੇ ਗਾਹਕ ਲੈ ਜਾਣੇ ਹੀ ਉਹਦੇ ਕੋਲ ਸਿੱਧੀ ਹੋ ਜਾ ਸੀ ਨਹੀਂ ਨਹੀਂ ਹੋਣੀ ਸਿੱਧੀ ਕਦੇ ਵੀ ਨਹੀਂ ਹੋਣੀ ਸੜ ਜਾਣਾ ਜੁੱਟੀ ਦੇ ਅੰਦਰੋਂ ਹਾਂਜੀ ਬਿਲਕੁਲ ਪਹਿਲੀ ਗੱਲ ਸ਼ੁਭ ਆਨ ਮੇਰੀ ਗੱਲ ਮੈਂ ਸਿੱਧੀ ਗੱਲ ਪਾ ਕਰਨਾ ਕਿ ਇਹਦੇ ਥੱਲੇ ਇੰਨਾ ਦੁੱਧ ਦਿਆ ਕੇ ਚੋਵੇ ਜ਼ਰੂਰ ਚੱਡੇ ਵੇਖਣੇ ਨੇ ਉਹਨੇ ਬਿਲਕੁਲ ਚੋਵੇ ਇਹਦੇ ਥੱਲੇ ਆਣ ਕੇ ਵੀ ਇੰਨਾ ਦੁੱਧ ਭਾਈ ਨੇ ਮੈਨੂੰ ਦੱਸਿਆ ਤੇ ਲੈ ਜਾਵੇ ਬਿਲਕੁਲ ਜੀ ਟੁੱਟੀ ਹੋਰ ਸੂਈ ਤੈਨੂੰ ਮੈਂ ਵਿਖਾਉਣਾ ਇਹਦੇ ਸਾਈਡ ਤੇ ਬੱਦੀ ਰਾਤੀ ਸੂਈ ਹੈ ਚੈੱਕ ਕਰੋ ਜੀ ਮਾਸ਼ਾਅੱਲਾ ਇਹ ਦੂਸਰੀ ਸੂਈ ਛੁੱਟੀ ਹੈ ਤਕਰੀਬਨ ਰਾਤੀ ਸੂਈ ਹੈ ਆ ਰਾਤੀ ਸੂਈ ਜੀ ਚੈੱਕ ਕਰੋ ਮਾਸ਼ਾਅੱਲਾ ਇਹਦੀ ਮੈਂ ਚੁਆਈ ਕੀਤੀ ਚੁਆਈ ਪਿਓਰ ਨੀਲੀ ਰਾਵੀ ਦਾ ਮਾਸ਼ਾਅੱਲਾ ਮਗਰ ਕੱਟੀ ਇਹ ਹੋਰ ਮਿਸਾਲ ਕੱਟੀ ਮਾਝ ਦੇ ਪਿੱਛੇ ਕੱਟੀ ਆ ਗਈ ਜਨਾਬ ਨਾੜਾ ਤਾਜ਼ਾ ਬਿਲਕੁਲ ਬਿਲਕੁਲ ਨਹੀਂ ਸਕਦੀ ਆਪਣੇ ਪੈਰ ਰਾਤੀ ਸੋਈਏ ਤੇ ਕਿਵੇਂ ਪਾਰਾਂ ਬਿਲਕੁਲ ਜੀ ਆ ਵੇਖੋ ਨਜ਼ਰ ਬੱਚੇ ਤੇ ਕਿਵੇਂ ਮਰਨ ਦੇ ਬਿਲਕੁਲ ਜੀ ਚੈੱਕ ਕਰੋ ਜੀ ਮਾਸ਼ਾਅੱਲਾ ਅਸੀਂ ਨਾ ਲਾਵੇਂ ਬੱਚੇ ਨਹੀਂ ਲਾਉਣੇ ਲਾਵੇਂ ਬੱਚੇ ਲਾ ਕੇ ਨਾ ਬੰਦੇ ਤੇ ਥੋੜੀ ਥੱਲੇ ਦੀ ਸਾਵੀ ਹੋਵੇ ਨਾ ਜੁੱਟੀ ਥੱਲੇ ਬੱਚਾ ਲਾਵਾਂ ਲਾਇਆ ਬੱਚਾ ਜਲ ਗਈ ਜੁੱਟੀ ਆਖਾ ਜੀ ਕਿਵੇਂ ਜਾਈ ਕਿਹੜ ਬੜ ਕਰਦੀ ਜੀ ਕਹਿੰਦੇ ਉਹ ਬੱਚਾ ਲਾਵਾਂ ਲਾ ਕੇ ਤੁੰਨ ਦਿੰਦੇ ਨੇ ਅਗਲੇ ਨੂੰ ਚੱਲ ਵੀ ਲੱਗੀ ਜਲ ਸਾਦਾ ਬੱਚਾ ਸਾਡੇ ਕੋਲ 2 ਦਿਨ ਬੰਦਾ ਰਵੇ 2 ਦਿਨ ਚੋਵੇ ਇੱਥੇ ਬੱਚੇ ਤੁਸੀਂ ਗੈੜ ਬੜ ਕਰੇ ਜੁੱਟੀ ਛੱਡ ਕੇ ਢੋਲ ਜਾ ਬਿਲਕੁਲ ਜੀ ਗਰੰਟੀਆਂ ਹੀ ਗਰੰਟੀਆਂ ਕੋਈ ਇੱਕ 2 ਨੰਬਰ ਗਰੰਟੀ ਵੀ ਸਾਬਤ ਕਰਦੇ ਫਿਰ ਵੀ ਜ਼ਿੰਮੇਦਾਰ ਹੈ ਚੈੱਕ ਕਰੋ ਜੀ ਮਾਸ਼ਾਅੱਲਾ ਕਿੰਨੇ ਮਹੀਨੇ ਦੀ ਗੱਬਨ ਛੋਟੀ ਹੈ ਕਿਹੜੀ ਜੀ ਆਹ ਵਾਲੀ ਇਹ ਛੋਟੀ 5 ਮਹੀਨੇ ਦੀ 5 ਮਹੀਨੇ ਦੀ ਗੱਬਨ ਛੋਟੀ ਪਿਓਰ ਨੀਲੀ ਰਾਵੀ ਹਣ ਚੈੱਕ ਕਰਾ ਜਿਵੇਂ ਦੇ ਸੋਹਣੇ ਇੱਕ ਬਿਲਕੁਲ ਜੀ ਆ ਵੇਖਿਆ ਆਵੇ ਸਹੀ ਮਗਰ ਕੱਟੀ ਜਾਂਦੇ ਮਗਰ ਸੂਈ ਇਹ ਤਾਂ ਉਸਕਦੀ ਪਈ ਹੈ ਦੱਸੀ ਅੱਗੇ ਦੇ ਅੱਗੇ ਚੈੱਕ ਕਰੋ ਜੀ ਮਾਸ਼ਾਅੱਲਾ ਇਹ ਵੇਖੋ ਜੀ ਇਹ ਵੀ 4-5 ਮਹੀਨੇ ਅੱਗੇ ਕਿੰਨੇ ਮਹੀਨੇ ਦੀ ਗੱਬਨ ਛੋਟੀ 4 ਮਹੀਨੇ ਸਾਡੇ 4 ਮਹੀਨੇ ਦੀ ਗੱਬਨ ਛੋਟੀ ਚੈੱਕ ਕਰੋ ਨੀਲੀ ਦਾ ਬ੍ਰਾਂਡ ਹੈ ਗਲਬਨ ਨੀਲੀ ਬਸ ਠੀਕ ਰਹਿੰਦੇ ਇਹ ਕਿੰਨੇ ਮਹੀਨਿਆਂ ਦੀ ਹੈ ਇਹ ਵੀ 4-5 ਮਹੀਨੇ ਦੀ 4 ਮਹੀਨੇ 5 ਮਹੀਨਿਆਂ ਦੀ ਕੋਈ ਗੱਲ ਨਹੀਂ ਆਪਾਂ ਐਵੇਂ ਵਹਾ ਦਿਆਂਗੇ ਦਰਵੇਸ਼ ਬੰਦੇ ਆ ਚੈੱਕ ਕਰੋ ਜੀ ਮਾਸ਼ਾਅੱਲਾ ਦੇਸੀ ਬੰਦੇ ਅਸੀਂ ਦੀਆਂ ਗੱਲਾਂ ਕਰਨੀਆਂ ਹਾਂਜੀ ਅਵਲ ਤਰ੍ਹਾਂ ਦੀ ਕੀ ਨਿਸ਼ਾਨੀ ਹੁੰਦੀ ਹੈ ਅਵਲ ਤਰ੍ਹਾਂ ਹੁੰਦੀਆਂ ਨੇ ਵੀ ਚੱਡਾ ਜਿਹੜਾ ਚੰਗਾ ਕਰ ਜਾਂਦੀਆਂ ਨੇ ਜਿਸਮ ਚੰਗਾ ਹੋਵੇ ਚੱਡਾ ਕਰ ਜਾਂਦੀਆਂ ਨੇ ਵੀ ਆ ਅਵਲ ਤਰ੍ਹਾਂ ਦੀ ਜੁੜੀ ਚੱਡਾ ਚੰਗਾ ਕਰਦੀਆਂ ਨੇ ਜਾਂ ਆਪੋ ਆਪਣੀ ਨਸਲ ਆਉਂਦੀਆਂ ਕਈ ਜੁੜੀਆਂ ਚੱਡਾ ਪਿਛਾ ਕਰਦੀਆਂ ਕਈ ਥੱਲੇ ਰੱਖਦੀਆਂ ਕਈਆਂ ਸਾਰੇ ਚੱਡਾ ਨਹੀਂ ਹੁੰਦਾ ਦੁੱਧ ਜ਼ਿਆਦਾ ਹੁੰਦਾ ਬਿਲਕੁਲ ਸਮਝ ਆਏ ਨਾ ਕਈਆਂ ਸਾਰੇ ਚੱਡੀ ਨਿੱਕੀ ਜੀ ਹੁੰਦੀ ਤੇ ਜੇ ਚੋਣ ਲੱਗ ਪਈ ਦੁੱਧ ਨਹੀਂ ਕਰਮ ਵਾਲਾ ਮੁੱਕਦਾ ਮੁੱਕਦਾ ਬਰਕਤ ਮਾਸ਼ਾਅੱਲਾ ਪੈ ਜਾਂਦੀ ਬਰਕਤ ਪੈ ਜਾਂਦੀ ਹੈ ਨੀਲੀ ਰਾਵੀ ਦੀ ਪਹਿਚਾਨ ਕੀ ਹੈ ਨੀਲੀ ਰਾਵੀ ਦੀ ਇਹ ਜਿਹੜੀ ਪਿਓਰ ਨੀਲੀ ਦੀ ਸ਼ਾਹ ਕਾਲੀ ਜੁੱਟੀ ਹੁੰਦੀ ਹਾਂਜੀ ਗੋਲ ਸਿੰਘ ਹੁੰਦੇ ਨੇ ਮੋਤੀ ਥੋੜੀ ਜਿਹੀ ਹੁੰਦੀ ਲੰਮੀ ਹੁੰਦੀ ਚੌੜੀ ਹੁੰਦੀ ਤੇ ਨੀਲੀ ਰਾਵੀ ਜਿਹੜੀ ਮੱਥਾ ਥੋੜਾ ਚੌੜਾ ਹੁੰਦਾ ਚਿੱਟਾ ਮੱਥਾ ਹੁੰਦਾ ਮੌਂ ਜੀ ਸਮਝ ਹੁੰਦਾ ਬਰਾਬਰ ਹੁੰਦਾ ਇਹ ਨਹੀਂ ਹੁੰਦਾ ਵੀ ਅੱਗੋਂ ਬਰੀਕ ਹੁੰਦੀ ਮਗਰੋਂ ਮੋਟੀ ਹੁੰਦੀ ਸਾਨੂੰ ਤੇ ਇੰਨਾ ਕੋਈ ਪਤਾ ਅੱਛਾ ਇਸ ਕਾਰੋਬਾਰ 'ਚ ਕੋਈ ਫਾਇਦਾ ਹੈਗਾ ਕੋ ਨਹੀਂ ਫਾਇਦਾ ਤੁਹਾਡੇ ਸਾਹਮਣੇ ਨਹੀਂ ਮਤਲਬ ਕੋਈ ਬੰਦਾ ਆਮ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੋਵੇ ਕਹਿੰਦਾ ਕਰੇ ਕਿੰਨੀਆਂ ਚੋਟੀਆਂ ਦਾ ਕਰੋ ਕਿੰਨੀਆਂ ਇਨਵੈਸਟਮੈਂਟ ਕਰਨੀ ਚਾਹੀਦੀ ਕਾਰੋਬਾਰ ਇਹ ਹੈਗਾ ਕਿ
ਮੁਲਾਜ਼ਮ ਤਾਂ ਫਿਰ ਰੱਖਣਾ ਹੀ ਪੈਂਦਾ ਹੈ, ਜਾਬ ਕਰ ਲਓ ਤਾਂ ਬਿਹਤਰ ਹੈ, ਸਾਡੇ ਤਾਂ ਰਾਹ ਰੁਲਦੇ ਵੇ ਤਾਂ ਚੰਗੀ ਗੱਲ ਹੋਈ ਹੈ, ਅੱਲਾਹ ਤਾਲਾ ਬਰਕਤ ਜ਼ਿਆਦਾ ਪਾਉਂਦਾ, ਜੋ ਮੁਲਾਜ਼ਮ ਕਰਨਾ ਹੈ ਮਾਲਕ ਨੇ ਤਾਂ ਉਹਨੇ ਨਾ ਕਰਨਾ, ਬਿਲਕੁਲ, ਜਾਂ ਜੋ ਮਾਲਕ ਕਰ ਲੈਣਾ ਮੁਲਾਜ਼ਮ ਨੇ ਉਹਨੇ ਕਰਨਾ, ਉਹਨੇ ਤਾਂ ਆਉਣਾ ਜੀ ਠੀਕ ਹੋ ਗਿਆ, ਮਾਲਕ ਫਿਰ ਨਿਕਲ ਗਿਆ ਬਸ ਠੀਕ ਨਿਕਲ ਗਿਆ। नहीं हूँ तुम ये तो गल थोड़ी होगी ना ठीक, तुम ये दसो कि आया कि इस टाइम झोटी लवो उस टाइम अगे जाके थोनू इन्ने रुपये का फायदा मिलेगा। मेरी गल सुन, जिस टाइम हूँ इस टाइम जी तीन तो साढ़े तीन चार महीने झूठी है ना, हाँ हाँ वो लैनी चाहिए, जी ठाड़े जो तैयार होंगी वो साढ़ा दिन के अखा च भी दुध सुक जाता है, बिल्कुल। जी झोटी हूँ सज्जर का मुल है ना 2 लाख रुपया जी, उस टाइम उनका 2 लाख 70-80 हज़ार रुपया रेट हो गया चार महीने साढ़े तीन महीने की बस ठीक है भाई, हो ये खीरी भी एक छोटी है सी। चेक करो जी माशाल्लाह किन्ने महीने की जी, तीन महीने दी चेक करो माशाल्लाह, अगे वेखो ये किन्ने महीने की, ये भी साढ़े तीन महीने की, चार महीने की अगे आ गई, वेखो जी चल ठीक है अगे आ भी चार महीने आज टाइम बड़ा हो गया। अच्छा एन बस ठीक है, इतनी खलो जाओ कि बहा बहा ही लीए, है किन्ने महीने की नीली दा ब्रांड चेक करो, मथा चेक कराने जी गुल की खली है, इधर आम भाई एंड तो ज्यादा लेने लोगों नु की एंड दे ऑफर दसे ना रेट भी दस दो दोबारा ताकि थोड़े को ज्यादा फिर चाहिए। रेट भी जी 450 रुपये झोटी का रेट है, जी ढाई तीन महीने तो लैके 6 महीने की कर 450 रेट हों, जी झोटी हैगी 6 महीने के उत्ते अगर कोई झोटियाँ 10 लवेगा रेट वैसे 500 है, 10 झोटियाँ लवेगा ना तैयार या 7 महीने वाली 8 महीने वाली उन्होंने 490 रुपये रेट ला दें। ठीक होगा, मेहरबानी, बहुत शुक्रिया। अगर आपको हमारी वीडियो अच्छी लगे वीडियो को लाइक करें शेयर करें, मिलते हैं सर के एक और वीडियो में, तब तक लिए अपने मेज़बान मुसैया बलोच को जा दीजिए, अल्लाह हाफिज़।